ਤਾਂ ਵੀਵਰ ਅੱਜ ਇੱਕ ਤੁਹਾਡੇ ਨਾਲ ਖਾਸ ਵਲੌਗ ਕਰਨ ਵਾਲੇ ਹਾਂ, ਉਹ ਮੇਰੇ ਨਾਲ ਥੀ ਹੈ ਫਰਾਡ। ਫਰਾਡ ਜਿਹੜਾ ਥੀ ਹੈ ਅਊਜ਼ ਬਿੱਲਾਹ ਮਿਨ ਸ਼ੈਤਾਨ ਰਜੀਮ ਬਿਸਮਿਲ੍ਲਾਹ ਰਹਿਮਾਨ ਰਹੀਮ। ਅਸਲਾਮ ਅਲੈਕੁਮ ਜੀ, ਕੀ ਹਾਲ ਹੈ? ਠੀਕ ਹੋ ਤੁਸੀਂ? ਵੈਸੇ ਠੀਕ ਹੈ। ਮੈਂ ਹਾਂ ਮੁਹੰਮਦ ਨੇਮ ਅਤੇ ਤੁਸੀਂ ਮੇਰਾ ਯੂਟਿਊਬ ਚੈਨਲ ਦੇ ਪਏ ਥਲ ਵਲੌਗਸ। ਅੱਲਾ ਤੋਂ ਖੁਸ਼ ਰੱਖੇ, ਆਬਾਦ ਰਹੋ। ਟੂ ਛੁੱਟੀਆਂ ਮੈਂ ਵਿੱਚ ਕੀਤੀਆਂ ਹਨ, ਨਾਵੀਂ ਅਤੇ ਡਾਵੀਂ ਦੀ। ਮੈਂ ਵਲੌਗ ਕੋਈ ਨਹੀਂ ਬਣਾਇਆ ਅਤੇ ਮੈਂ ਹੀ ਨਾ ਹੀ ਅਪਲੋਡਿੰਗ ਕੀਤੀ ਹੈ, ਕੋਈ ਵਲੌਗ ਵਗੈਰਾ ਕੋਈ ਨਹੀਂ ਬਣਾਇਆ। ਅਤੇ ਮੇਰੇ ਨਾਲ ਹਮਾਦ ਬੈਠਾ। ਅਤੇ ਵੀਵਰ ਅੱਜ ਇੱਕ ਤੁਹਾਡੇ ਨਾਲ ਖਾਸ ਵਲੌਗ ਕਰਨ ਵਾਲੇ ਹਾਂ, ਉਹ ਮੇਰੇ ਨਾਲ ਥੀ ਹੈ ਫਰਾਡ। ਫਰਾਡ ਜਿਹੜਾ ਥੀ ਹੈ, ਫਰਾਡ ਥੀਂਦਾ ਥੀਂਦਾ ਬੱਚਾ ਮਿਸਾਲ ਤੌਰ ਮੈਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਨਾ ਕਿ ਕਿਉਂਕਿ ਤੁਹਾਡੇ ਨਾਲ ਸ਼ੇਅਰ ਕਰੇ ਸਾਂ ਕਿ ਤੁਸਾਂ ਵੀ ਇਹਦੇ ਕਿਨੂੰ ਬਚੋ, ਇਹਦਾ ਇਹ ਜਿਹਾ ਫਰਾਡ ਕਹਿ ਮੇਰੇ ਵੀਵਰ ਨਾਲ ਵੀ ਇਹ ਜਿਹਾ ਨਾ ਥੀ ਵਜੇ। ਤਾਂ ਮੈਂ ਕਿਹਾ ਕਿਉਂ ਨਾ ਇਹ ਸਿਸਟਮ ਯੱਕਾ ਮੁਕੰਮਲ ਤੁਹਾਡੇ ਨਾਲ ਸ਼ੇਅਰ ਕਰਨਾ ਸਾਂ ਨਾ ਰਸੋ। ਅਤੇ ਜਿਹੜੇ ਦੋਸਤ ਮੇਰੀ ਵੀਡੀਓ ਨੂੰ ਲਾਈਕ ਨਹੀਂ ਕੀਤਾ, ਲਾਈਕ ਯਾਰ ਲਾਜ਼ਮੀ ਕੀਤਾ ਕਰੋ। ਜੀ ਦੋਸਤੋ, ਤੁਸਾਂ ਵੀ ਲਾਜ਼ਮੀ ਬਚਣਾ ਅਤੇ ਬਿਨਾਂ ਦੋਸਤਾਂ ਨਾਲ ਵੀ ਵੀਡੀਓ ਸ਼ੇਅਰ ਕਰਨੀ ਹੈ, ਕਿਉਂਕਿ ਮੇਰੇ ਨਾਲ ਤਾਂ ਫਰਾਡ ਥੀਂਦਾ ਥੀਂਦਾ ਬੱਚਾ। ਮੈਂ ਤਾਂ ਸਮਝ ਗਿਆ ਕਿ ਫਰਾਡ ਇਹ ਲਾਲਾ ਬਚ ਗਿਆ। ਤੁਹਾਨੂੰ ਪਤਾ ਅੱਜ ਕੱਲ੍ਹ ਫੇਕ ਆਈਡੀਆਂ ਤੋਂ ਫੇਕ ਮੈਸੇਂਜਰ ਆਈਡੀ ਬਣਾ ਅਤੇ ਫੇਕ ਆਈਡੀਆਂ ਬਣਾ ਅਤੇ ਫੇਸਬੁੱਕ 'ਤੇ ਬਹੁਤ ਤੰਗ ਕਰਦੇ ਪੈਣ, ਪੈਸੇ ਮੰਗਦੇ ਹਨ। ਤਾਂ ਅੱਜ ਉਹੀ ਮੇਰੇ ਨਾਲ ਕੰਮ ਥੀ ਹੈ। ਮੇਰੇ ਕਿਨ ਤਾਂ ਪੈਸੇ ਮੰਗੇ ਕੌਣ ਨੇ, ਲੇਕਿਨ ਮੇਰੇ ਨਾਲ ਵੀ ਆ ਸਿਸਟਮ ਥੀ ਹੈ, ਉਹ ਤੁਹਾਡੇ ਨਾਲ ਸ਼ੇਅਰ ਕਰਨਾ ਕਿ ਕਿਆ ਕਿਆ ਥੀ ਹੈ, ਕਿਆ ਹੈ ਮੁਕੰਮਲ ਚੈਟ ਦਿਖਾਉਣਾ, ਉਹ ਬੰਦੇ ਦੀ ਤਸਵੀਰ ਦਿਖਾਉਣਾ, ਤੁਸਾਂ ਵੀ ਬੰਦਾ ਪਛਾਣਨਾ ਕਿ ਬੰਦਾ ਕੌਣ ਹੈ। ਅਗਰ ਕਹੇ ਬੰਦਾ ਉਹ ਡਿੱਠਾ ਹੋਵੇ ਤਾਂ ਲਾਜ਼ਮੀ ਕਮੈਂਟਸ ਕਰੇ ਸਰ। ਤਾਂ ਹੁਣ ਮੈਂ ਤੁਹਾਨੂੰ ਇਹ ਵਲੌਗ ਮੈਂ ਸਪੈਸ਼ਲ ਇਸੇ 'ਤੇ ਬਣਾਉਣਾ। ਜੀ ਭਾਈ ਜਾਨ, ਫਾਈਨਲੀ ਅਸਾਂ ਆ ਗਏ ਹੈ ਆਈਡੀ ਓਪਨ ਕਰਕੇ ਸੇ। ਤਾਂ ਤੁਸੀਂ ਨਾ ਹੀ ਪੜ੍ਹ ਗਏ ਨੋ ਅਲੀ ਜੱਟ, ਅਸਲਾਮ ਵਾਲੇਕਮ। ਵਾਲੇਕਮ ਸਲਾਮ, ਮਤਲਬ ਇਹ ਤੁਸੀਂ ਇਹ ਹੁਣ ਮੇਰੀ ਚੈਟ ਉਹਦੀ ਪੜ੍ਹ ਸੋ, ਉਹਦੇ ਪੜ੍ਹਦੇ ਆਸੋ ਅਤੇ ਮੇਰੀ ਪੜ੍ਹਦੇ ਆਸੋ, ਦੇ ਦਿਆ ਸੋ। ਮੈਂ ਕਿਹਾ ਵਾਲੇਕਮ ਸਲਾਮ ਜੀ, ਕੈਸੇ ਹੋ? ਉਹ ਆਖਿਆ ਮੈਂ ਕਿਹਾ ਠੀਕ, ਪਤੋ ਆਦਾ ਪਿਆ ਔਰ ਸੁਣਾਓ ਘਰ ਮੈਂ ਸਭ ਖਰੀਦ ਹੈ? ਮੈਂ ਕਿਹਾ ਠੀਕ ਭਾਈ, ਆਪ ਸੁਣਾਓ? ਅਲਹਮਦੁਲਿਲਾ ਸਭ ਠੀਕ, ਮਤਲਬ ਸੁਣਦੇ ਹੋ ਪੜ੍ਹਦੇ ਹੋ? ਤਾਂ ਮੈਂ ਹੀ ਬੰਦੇ ਨੂੰ ਬਿਲਕੁਲ ਕੋਈ ਨਹੀਂ ਜਾਣਦਾ, ਕਿਉਂਕਿ ਇਹ ਮੈਨੂੰ ਫਰੈਂਡ ਰਿਕੁਐਸਟ ਭੇਜੀ ਹੈ, ਮੈਂ ਐਕਸੈਪਟ ਕਰ ਛੋੜੀਏ। ਤਾਂ ਇਹਦੇ ਫੌਰਨ ਮੈਸੇਜ ਮੈਸੇਂਜਰ 'ਤੇ ਆਉਣ ਲੱਗ ਗਏ ਨਹੀਂ, ਆ ਕੇ ਔਰ ਆਪਕਾ ਕੰਮ ਕੈਸਾ ਜਾ ਰਿਹਾ? ਮੈਂ ਕਿਹਾ ਅਲਹਮਦੁਲਿਲਾ ਭਾਈ, ਮੈਂ ਇਹਨੂੰ ਆ ਕੇ ਮੈਂ ਤੈਨੂੰ ਪਹਿਚਾਣਾ ਨਹੀਂ, ਇਹਨਾਂ ਕਿ ਮਰਜ਼ੀ ਹੈ ਭਾਈ ਜਾਨ, ਤੁਸੀਂ ਭੁੱਲ ਗਏ ਹੋ ਪਿੱਛੇ, ਸੋਰੀ ਕੀਤਾ। ਮੈਂ ਆ ਕੇ ਯਾਰ ਬਾਤੀ ਮੈਨੂੰ ਤਸਵੀਰ ਸੈਂਡ ਕੀਤੀ, ਠੀਕ ਹੈ ਵੇ, ਇਹ ਤਸਵੀਰ ਸੈਂਡ ਕੀਤੀ ਹੈ। ਤਾਂ ਬਾਤ ਮੈਂ ਇਹਨੂੰ ਆ ਕੇ ਯਾਰ ਮੈਂ ਤੈਨੂੰ ਕੋਈ ਨਹੀਂ ਜਾਣਦਾ, ਪਿੱਛੇ ਤਾਂ ਵੀ ਮਰਜ਼ੀ ਹੈ ਆਪਕੀ, ਮਤਲਬ ਇਹ ਆਕਸ ਭੁੱਲ ਗਏ ਹੋ ਅਤੇ ਮੈਂ ਇਟਲੀ ਰਹਿੰਦਾ, ਮੈਨੂੰ ਆਕਸ ਬਾਤ ਮੈਂ ਇਹਨੂੰ ਆ ਕੇ ਯਾਰ ਮੈਂ ਤੈਨੂੰ ਨਹੀਂ ਜਾਣਦਾ, ਤਾਂ ਨਾ ਹੀ ਮੇਰੀ ਤੇਰੇ ਨਾਲ ਕੋਈ ਗੱਲਬਾਤ ਥਈ ਮਿਸਾਲ ਤੌਰ ਪਹਿਲੇ ਕੋਈ। ਪਿੱਛੇ ਯਾਦ ਆ ਪਿਆ ਕਿ ਯਾਰ ਤੈਂ ਮੇਰੀ ਕੋਈ ਨਾ ਪੋਸਟ 'ਤੇ ਤਾਂ ਕਮੈਂਟਸ ਵਗੈਰਾ ਵੀ ਕੀਤੇ ਹਨ, ਅਤੇ ਤੂੰ ਮੈਨੂੰ ਮਿਸਾਲ ਤੌਰ 'ਤੇ ਤੂੰ ਮੈਨੂੰ ਜਾਣਨਾ ਅਤੇ ਮੈਂ ਹੀ ਤੈਨੂੰ ਜਾਣਨਾ ਮਿਸਾਲ ਤੌਰ, ਅਤੇ ਆਦਾ ਭੁੱਲ ਗਿਆ ਮਿਸਾਲ ਤੌਰ ਇਵੇਂ ਲੱਗਾ ਰਹੀ ਹੈ। ਮੈਂ ਕਿਹਾ ਯਾਰ ਤੈਨੂੰ ਮੈਂ ਕੋਈ ਨਹੀਂ ਕੀਤੇ ਪਿਆ ਕਿ ਮੈਂ ਤੈਨੂੰ ਨਾਲ ਗੱਲ ਕਰਨੀ ਹੈ ਬੀਜ਼ੀ ਤੇ ਨੇ। ਮੈਂ ਕਿਹਾ ਜੀ ਜੀ ਬੋਲੋ। ਆਦਾ ਪਿਆ ਮੈਂ ਕੁਛ ਪੇਮੈਂਟ ਸੈਂਡ ਕਰਨਾ ਕਰ ਨਾ ਪੇਮੈਂਟ ਕਰਨੀ ਥੀ ਆਪਕੇ ਨੇਮ ਪੇ, ਅਮਾਊਂਟ ਅਮਾਨਤ ਕੇ ਤੌਰ ਪੇ। ਤਾਂ ਮੈਨੂੰ ਪਿੱਛੇ ਇੱਥੋਂ ਪਤਾ ਲੱਗ ਗਿਆ ਮੈਂ ਕਿ ਬੰਦਾ ਕੋਈ ਗੇਮ ਵਾਲਾ। ਤਾਂ ਹੁਣ ਸੁਣਦੇ ਆ ਬਾਈ ਅੱਗੋਂ ਦਾ ਹਾਲ, ਅਗਰ ਆਪ ਕੋਈ ਜ਼ਰੂਰਤ ਹੋ ਤਾਂ ਇਸਤੇਮਾਲ ਕਰ ਲੈਣਾ, ਕੋਈ ਮਸਲਾ ਨਹੀਂ। ਮੈਂ ਕਿਹਾ ਅੱਛਾ, ਬਾਕੀ ਆਪਣੇ ਪਾਸ ਰੱਖ ਲੈਣੀ ਹੈ ਮਿਸਾਲ ਤੌਰ, ਆਪਣੇ ਪਾਸ ਰੱਖ ਲੈਣੀ। ਮੈਂ ਪੇਮੈਂਟ ਕਿਤਨੀ ਹੈ? ਮੈਂ ਪੁੱਛਦਾ ਪਈ ਹਾਂ ਉਹ ਕਿਹਨੂੰ ਕਿ ਪੇਮੈਂਟ ਕਿਤਨੀ ਹੈ, ਉਹ ਆਦਾ ਪਈ 8 ਲੱਖ। ਮੈਂ ਕਿਹਾ ਅੱਛਾ। ਪਿੱਛੇ ਉਹ ਆਦਾ ਪਿਆ ਜੀ ਆਪ ਆਪਣਾ ਬੈਂਕ ਅਕਾਊਂਟ ਕੀ ਆਈਡੀ ਕਾਰਡ ਕੀ ਪਿਕ ਸੈਂਡ ਕਰ ਦਿਉ, ਪੇਮੈਂਟ ਕਰਵਾ ਕਰ ਸਲਿਪ ਸੈਂਡ ਕਰ ਦੂੰਗਾ। ਪਿੱਛੇ ਮੈਂ ਉਹਨੂੰ ਆਦਾ ਪਿਆ ਕਿ ਯਾਰ ਮੇਰਾ ਬੈਂਕ ਅਕਾਊਂਟ ਹੀ ਕੋਈ ਨਹੀਂ। ਪਿੱਛੋਂ ਆਦਾ ਪਿਆ ਆਈਡੀ ਕਾਰਡ ਦੀ ਪਿਕ ਸੈਂਡ ਕਰ ਦਿਉ। ਤੁਹਾਨੂੰ ਵੱਧ ਮੈਸੇਜ ਕੀਤਾ ਕਿ ਪੇਮੈਂਟ ਕਰਵਾ ਕਰ ਅਭੀ ਸਲਿਪ ਸੈਂਡ ਕਰ ਦੂੰਗਾ। ਪਿੱਛੇ ਮੈਂ ਉਹ ਦੇਖ ਇਹ ਪੁੱਛਦਾ ਪਿਆ ਕਿ ਅੱਛਾ ਕੰਮ ਹੋ ਜਾਏਗਾ? ਉਹ ਆਦਾ ਪਿਆ ਹਾਂ ਓਕੇ। ਉਹ ਆਦਾ ਪਿਆ ਚਲੋ ਠੀਕ ਹੈ ਭਾਈ, ਅਭੀ ਮੁਝੇ ਸੈਂਡ ਕਰ ਦਿਉ। ਮਿਸਾਲ ਤੌਰ 'ਤੇ ਮੈਨੂੰ ਜੋ ਆਦਾ ਪਿਆ ਨਾ ਕਿ ਯਾਰ ਤਰੀਕ ਅਗਰ ਪੇਮੈਂਟ ਆਪਣਾ ਆਈਡੀ ਕਾਰਡ ਸੈਂਡ ਕਰ ਛੋੜ ਉਸ 'ਤੇ ਮੈਂ ਤੈਨੂੰ ਸੈਂਡ ਕਰ। ਮੈਂ ਕਿਹਾ ਚਲੋ ਠੀਕ ਹੈ, ਅਗਰ ਆਈਡੀ ਕਾਰਡ ਨਾ ਹੋ ਤਾਂ ਫਿਰ ਯਾਨੀ ਕਿ ਮੈਂ ਉਹਨੂੰ ਆਖਿਆ ਤੋ ਭਾਈ ਘਰ ਮੈਂ ਕਿਸੀ ਯਾਨੀ ਕਿ ਵਾਦਾ ਪਿਆ ਕਿ ਘਰ ਦਾ ਕਹਿ ਫਰ ਦਾ ਯਾਰ ਤੂੰ ਸੈਂਡ ਕਰ ਛੋੜ ਮੈਂ ਕੋ, ਯਾਨੀ ਕਿ ਬਾਅਦ ਜ਼ਿਆਦਾ ਪਿਆ ਕਿ ਤੈਨੂੰ ਇਹ ਪੇਮੈਂਟ ਵਗੈਰਾ ਬੈਂਕ ਤੂੰ ਮਿਲ ਵੈਸੇ ਜਿਵੇਂ ਤੇਰੇ ਕਾਰਡ ਤੋਂ ਸੈਂਡ ਕਰ ਸਕ। ਪਿੱਛੇ ਮੈਂ ਉਹਨੂੰ ਆਖਿਆ ਅੱਛਾ ਦਿੱਤਾ ਹੂੰ, ਆਪਕੋ ਪੇਮੈਂਟ ਵਾਪਸ ਕਬ ਦੇਣੀ ਹੈ? ਮੈਂ ਪੁੱਛਦਾ ਪਿਆ ਹੂੰ ਲੇਕਿਨ ਇਨਸ਼ਾਅੱਲਾ ਵਾਪਸ ਆਊਂਗਾ ਮੈਂ ਆਪਸੇ ਲੈ ਲੂੰਗਾ, ਯਾਨੀ ਕਿ ਇਟਲੀ ਤੂੰ ਜਾਣਾ ਆਇਆ ਸੀ ਅਤੇ ਪੈਸੇ ਮੇਰੇ ਕੋਲ ਗਿਣ ਸੀ ਬਾਅਦ, ਅਗਰ ਆਪਕੋ ਜ਼ਰੂਰਤ ਹੋ ਤੋ ਇਸਤੇਮਾਲ ਕਰ ਲੈਣਾ, ਅਭੀ ਮੁਝੇ ਜਲਦੀ ਸੈਂਡ ਕਰ ਦਿਉ ਮਿਸਾਲ ਤੌਰ ਕਿ ਕਾਰਡ ਸੈਂਡ ਕਰ ਛੋੜ ਜਲਦੀ ਜਲਦੀ। ਅੱਛਾ ਬਾਤ ਮੈਂ ਉਹਨੂੰ ਇਹ ਆਖਾਂ ਕਿ ਅੱਛਾ ਮੈਂ ਸੈਂਡ ਕਰਤਾ ਹੂੰ ਓਕੇ। ਜਿਸ ਟਾਈਮ ਓਕੇ ਕੀਤਾ ਪਿੱਛੇ ਮੈਨੂੰ ਕਨਫਰਮ ਸੀ ਕਿ ਮੈਂ ਕਿ ਬੰਦਾ ਕੋਈ ਗੇਮ ਵਾਲਾ। ਪਿੱਛੇ ਬਾਤ ਮੈਂ ਉਹਨੂੰ ਕੀ ਆਖਿਆ ਆਖਰ 'ਤੇ ਮੈਸੇਜ ਕਰਤੇ, ਆਪ ਮੁਝੇ ਚੱਕਰ ਦੇਤੇ ਹੋ, ਇਸ ਤਰ੍ਹਾਂ ਆਪ ਲੋਕੋਂ
आप लोग काफ़ी लोगों को चक्कर देते होंगे, आप लोगों को शर्म आनी चाहिए। मैं सब जानता हूँ, मैं क्यों शेयर करूँ अपनी पर्सनल इन्फॉर्मेशन। दोस्त मुकम्मल चैट पढ़ी होती, मेरी भी पढ़ी होती। मैं हूँ दोस्त तन तस्वीर अगे दिखाइए, मजीद भी दिखाना कि तुहानू एक क्या लगता है, क्या है फ्रॉड है या सही है, क्या एक केड़े केड़े दोस्त नाले चक्कर चलता पे है। तो मैं तला बिल्कुल स्कैम थी हुआ है बिल्कुल। अगर मैं इनको आई डी कार्ड देता या बैंक अकाउंट देता तो लला मेरा तो खाता नेल थी बनना है ना। तो हूँ मैं तुम्हें तस्वीर वाजत और दिखाना कि ये बंदा इनकी तस्वीर अपनी तरह हो सी, ये कह चाड़ी बैठे, लेकिन मैं तुम तस्वीर दिखाना हाँ कि ये तुसा जान दे या नहीं वे जान दे। तो भाई जान ये वो बंदा है जेड़ा बंदा मैं चक्कर लेना पिया है, समझ लग गई वे। मजीद मैं यदि तुम आई डी तो लै वै ना, हाँ ये आई डी का ना है अली जट। तुम ये मेरी गाल ही बात किमें लगे तो तुसा अपनी राय कमेंट से जरूर दसेसो। तो तुसा भी ये मेरी वीडियो में लाइक करेसो, अगर दोस्त शेयर करेसो कि ताकि ये फ्रॉड कैब है ना थी वे, क्योंकि जेडे समझदार हैं उन्हें वो तो अगर पिछा कर पैन इग्नोर कर पैन, मिसाल तौर उन्होंने जवाब दे पैन, तो जेडे सीधे साधे लोग हैं वो जवाब नहीं देंगे, वो शोदे फस पैन तो अपना बैंक अकाउंट मुकम्मल मुकम्मल तौर खाली करा पैन। काफ़ी सुनते से एक बार यार कह दें आई डी तो इवें मैसेज आने तो बैंक अकाउंट मिसाल तौर मंगते हैं तो ख़त्म हो पैन। तो तुसा भी लाजमी ये मेरी वीडियो में शेयर करो ताकि कह बंदा यार रोले ना फसे। आज की वीडियो सिर्फ मैं थोड़े इो कुछ शेयर करना आई, अगर मेरी वीडियो अच्छी लगे तो मेरे चैनल को सब्सक्राइब करेसो, लाइक करेसो। इंशाल्लाह मिल सुबह मज़ेदार ब्लॉग है, सबको इजाजत देसो, अल्लाह हाफिज़।